ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਕਿ ਕੀ ਕਦੇ ਮਨੁੱਖ ਹੈ ਜਿਹੜਾ ਅਮਰ ਹੋ ਸਕਦਾ ਹੈ। ਦੋਸਤੋ, ਬੜੀ ਅਜੀਬ ਗੱਲ ਹੈ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊ ਕਿ 1935 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਐਵਰੇਜ ਲਾਈਫ ਜਿਹੜੀ ਸਿਰਫ 35 ਸਾਲ ਸੀ, ਕਿਉਂਕਿ ਹਿੰਦੁਸਤਾਨ 'ਚ ਹਰ ਸਾਲ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ। ਉਹ ਮਰਦਮਸ਼ੁਮਾਰੀ 'ਚ ਰਿਕਾਰਡ ਆਉਂਦੇ ਰਹਿੰਦੇ ਨੇ ਅਤੇ ਅੱਜ ਹਿੰਦੁਸਤਾਨ ਦੇ ਵਿੱਚ ਐਵਰੇਜ ਲਾਈਫ ਵੱਧ ਕੇ 68 ਵਰੇ ਹੋ ਚੁੱਕੀ ਹੈ। ਦੋਸਤੋ, ਇਹ ਐਵਰੇਜ ਲਾਈਫ ਕਿਵੇਂ ਵਧੀ ਹੈ, ਇਹ ਗੱਲ ਵੀ ਸਾਨੂੰ ਸਿੱਖਣੀ ਚਾਹੀਦੀ ਹੈ, ਜਾਣਨੀ ਚਾਹੀਦੀ ਹੈ। ਅੱਜ ਕਈ ਬਿਮਾਰੀਆਂ ਅਜਿਹੀਆਂ ਨੇ ਜਿਹੜੀਆਂ ਪਹਿਲਾਂ ਵੱਡੀ ਮਾਤਰਾ 'ਚ ਲੋਕਾਂ ਨੂੰ ਹੁੰਦੀਆਂ ਸੀ ਅਤੇ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਵੀ ਧਰਤੀ ਤੋਂ ਮਿਟ ਚੁੱਕਿਆ ਹੈ। ਜੇ ਨਾਮੋ ਨਿਸ਼ਾਨ ਨਹੀਂ ਮਿਟਿਆ ਤਾਂ ਕੋਈ ਟੱਲੀ ਇਕੱਲੀ ਦਕੱਲੀ ਕੋਈ ਘਟਨਾ ਕਿਤੇ ਵਾਪਰ ਸਕਦੀ ਹੈ, ਜਿਵੇਂ ਪੋਲੀਓ ਹੈ, ਦੁਨੀਆ ਦੇ ਬਹੁਤੇ ਭਾਗਾਂ 'ਚੋਂ ਇਹ ਖਤਮ ਹੋ ਚੁੱਕਿਆ ਹੈ। ਇੱਕ ਡਾਕਟਰ ਨੇ ਵੈਕਸੀਨ ਕੱਢਤਾ, ਪੋਲੀਓ ਜੌਨ ਸੌਕਸ ਨੇ, ਅਤੇ ਉਹਦੇ ਧੰਨਵਾਦੀ ਹੋਣਾ ਚਾਹੀਦਾ, ਪਰ ਮੰਨਣਾ ਸਾਨੂੰ ਉਸ ਜੌਨ ਸੌਕਸ ਵਿਗਿਆਨੀ ਨੂੰ ਚਾਹੀਦਾ ਜਿਹਨੇ ਪੋਲੀਓ ਦੀ ਕਾਢ ਕੱਢੀ ਸੀ, ਪੋਲੀਓ ਦੇ ਵੈਕਸੀਨ ਦੀ ਕਾਢ ਕੱਢੀ ਸੀ। ਇਕੱਲਾ ਇਹੀ ਨਹੀਂ, ਪਹਿਲਾਂ ਤੁਸੀਂ ਦੇਖਿਆ ਹੋਊਗਾ ਤਾਂ 50-60 ਸਾਲ ਬਰੇ ਪਹਿਲਾਂ ਦੇ ਲੋਕਾਂ ਨੂੰ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦੇ ਮੂੰਹਾਂ ਦੇ ਉੱਪਰ ਚੇਚਕ ਦੇ ਦਾਗ ਬਹੁਤ ਹੁੰਦੇ ਸੀ ਅਤੇ ਅੱਜ ਇਹ ਬਿਲਕੁਲ ਬਹੁਤ ਘੱਟ ਚੁੱਕੇ ਨੇ। ਪਹਿਲਾਂ ਕਹਿੰਦੇ ਸੀ ਕੱਤੇ ਦੀ ਬਿਮਾਰੀ ਪੈ ਗਈ, ਪਲੇਗ ਫੈਲ ਗਈ, ਚੂਹਿਆਂ ਤੋਂ ਫੈਲਦੀ ਹੈ ਜੀ, ਇਹ ਚੂਹਿਆਂ ਦੇ ਉੱਪਰ ਇੱਕ ਪਿੱਸੂ ਨਾਂ ਦਾ ਰਹਿੰਦਾ ਸੀ, ਉਹਦੇ 'ਚ ਵਾਇਰਸ ਹੁੰਦਾ ਸੀ, ਉਹਦੇ ਨਾਲ ਮਰ ਜਾਂਦੇ ਸੀ। ਪਰ ਫਲੈਮਿੰਗ ਨੇ, ਅਲੈਗਜੈਂਡਰ ਫਲੈਮਿੰਗ ਨੇ ਜਿਹੜੀ ਖੋਜ ਹੈ ਪੈਨਸਲੀਨ ਦੀ ਖੋਜ ਕੱਢਤੀ, ਜਿਹਦੇ ਨਾਲ ਉਸ ਬਿਮਾਰੀ ਦਾ ਖੁਰਾ ਖੋਜ ਅੱਜ ਮਿਟ ਚੁੱਕਿਆ। ਦੋਸਤੋ, ਬਹੁਤ ਸਾਰੀਆਂ ਬਿਮਾਰੀਆਂ ਨਵੀਆਂ ਵੀ ਆ ਚੁੱਕੀਆਂ ਨੇ, ਪਰ ਅੱਜ ਜੇ ਸਾਡੇ ਦੇਸ਼ ਦੇ ਵਿੱਚ ਇਹ 68 ਵਰਿਆਂ 'ਤੇ ਪਹੁੰਚ ਚੁੱਕੀ ਹੈ ਉਮਰ, ਤਾਂ ਇਹੋ ਜਿਹੇ ਦੇਸ਼ ਵੀ ਹੈਗੇ ਨੇ ਜਿੱਥੇ ਇਹ 88 ਵਰੇ ਤੱਕ ਹੋ ਚੁੱਕੀ ਹੈ, ਅਤੇ ਜਪਾਨ ਵਰਗੇ ਮੁਲਕਾਂ ਦੇ ਵਿੱਚ ਇਹ ਹੋਰ ਵੱਧ ਹੈ। ਯੂਰਪ ਦੇ ਸਾਰੇ ਮੁਲਕਾਂ ਦੇ 'ਚ ਲਗਭਗ 82-83 ਐਵਰੇਜ ਲਾਈਫ ਪਹੁੰਚ ਚੁੱਕੀ ਹੈ, ਪਰ ਸਾਡੇ ਦੇਸ਼ ਦੇ 'ਚ ਇਹ ਘੱਟ ਕਿਉਂ ਹੈ? ਕਿਉਂਕਿ ਸਾਡੇ ਦੇਸ਼ ਦੇ ਲੋਕ ਹੈ ਜਿਹੜੇ ਅੰਧ ਵਿਸ਼ਵਾਸੀ ਨੇ, ਅਗਿਆਨਤਾ ਦੇ ਬੱਝੇ ਹੋਏ ਨੇ, ਅਤੇ ਇਸ ਤਰ੍ਹਾਂ ਇਸ ਕਰਕੇ ਇੱਥੇ ਜ਼ਿਆਦਾ ਗਰੀਬੀ ਹੈ ਅਤੇ ਇਸ ਕਰਕੇ ਜ਼ਿਆਦਾ ਲੋਕ ਧਾਰਮਿਕ ਨੇ। ਧਰਮ ਹੈ ਜਿਹੜਾ ਇਹ ਸਿਖਾਉਂਦਾ ਹੀ ਇਹ ਚੀਜ਼ਾਂ ਨੇ ਵੀ ਤੁਸੀਂ ਅੰਧ ਵਿਸ਼ਵਾਸੀ ਬਣ ਕੇ ਰਹੋ, ਜਿਹਦੇ ਨਾਲ ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ। ਦੋਸਤੋ, ਆਮ ਤੌਰ 'ਤੇ ਤੁਸੀਂ ਇਹ ਵੀ ਦੇਖੋਗੇ ਵੀ ਜਿਹੜੇ ਧਾਰਮਿਕ ਵਿਅਕਤੀ ਹੁੰਦੇ ਨੇ ਉਹਦੀ ਲਾਈਫ ਘੱਟ ਹੁੰਦੀ ਹੈ। ਜਿਹੜੇ ਬੰਦੇ ਵਿਗਿਆਨਕ ਸੋਚ ਨਾਲ ਜੁੜੇ ਹੁੰਦੇ ਨੇ ਜਾਂ ਜਿਹੜੇ ਵਿਗਿਆਨਕ ਡਾਕਟਰ ਵਗੈਰਾ ਹੁੰਦੇ ਨੇ ਉਹਨਾਂ ਦੀ ਐਵਰੇਜ ਲਾਈਫ ਬਹੁਤ ਜ਼ਿਆਦਾ ਹੁੰਦੀ ਹੈ, ਅਤੇ ਇਹਨਾਂ ਦੇ ਮੁਕਾਬਲੇ ਜਿਹੜੇ ਸਾਧ ਸੰਤ ਹੁੰਦੇ ਨੇ ਇਹਨਾਂ ਦੀ ਐਵਰੇਜ ਲਾਈਫ ਘੱਟ ਹੁੰਦੀ ਹੈ। ਇਸ ਕਰਕੇ ਦੋਸਤੋ, ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਬੰਦਾ ਅਮਰ ਨਹੀਂ ਹੋ ਸਕਦਾ, ਬੰਦੇ ਦੀ ਐਵਰੇਜ ਲਾਈਫ ਇਸ ਤਰ੍ਹਾਂ ਹੀ ਵੱਧਦੀ ਜਾਊਗੀ। ਕਿਸੇ ਵੇਲੇ ਇਹ ਅੱਜ ਤੋਂ 5-7 ਸਾਲ ਤੱਕ ਇਹ ਹੋ ਸਕਦਾ 1000 ਵਰੇ ਹੋਵੇ, ਕਿਉਂਕਿ ਡਾਕਟਰਾਂ ਨੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਮਿਟਾ ਦੇਣੀਆਂ ਨੇ, ਅਤੇ ਅੱਜ ਭਾਵੇਂ ਡਾਕਟਰ ਇਸ ਗੱਲ ਦੇ ਸਮਰਥ ਨਹੀਂ ਵੀ ਬੰਦਾ ਮ੍ਰਿਤਕ ਹੋ ਚੁੱਕਿਆ, ਮਰ ਚੁੱਕਿਆ, ਉਹਨੂੰ ਜਿਉਂਦਾ ਨਹੀਂ ਕਰ ਸਕਦੇ, ਪਰ ਬਹੁਤ ਸਾਰੀਆਂ ਹਾਲਤਾਂ ਦੇ 'ਚ ਤੁਸੀਂ ਐਗਜ਼ਾਮਪਲਾਂ ਪੜ੍ਹੋਗੇ ਕਿ ਬੰਦੇ ਨੂੰ ਜਿਉਂਦਾ ਕਰਨ ਦੇ ਯਤਨ ਹੁੰਦੇ ਨੇ, ਅਤੇ ਲੋਕ
ਬੰਦੇ ਨੂੰ ਕੌਮਾਂ ਦੇ ਚਲੇ ਜਾਂਦੇ ਨੇ, 20-30 ਵਰੇ ਕੌਮਾਂ 'ਚ ਰੱਖਦੇ ਨੇ ਡਾਕਟਰ ਉਹਨਾਂ ਨੂੰ, ਤਾਂ ਜੋ ਕਿਸੇ ਸਮੇਂ ਇਹਨਾਂ ਨੂੰ ਜਿਉਂਦਾ ਕੀਤਾ ਜਾ ਸਕੇ। ਇਸ ਤਰ੍ਹਾਂ ਹੀ ਇਕੱਲਾ ਇਹੀ ਨਹੀਂ, ਅਤੇ ਕੁਝ ਵਿਅਕਤੀ ਅਜਿਹੇ ਵੀ ਧਰਤੀ ਦੇ ਉੱਪਰ ਮੌਜੂਦ ਨੇ ਜਿੱਥੇ ਉਹਨਾਂ ਨੂੰ 20 ਸਾਲ ਪਹਿਲਾਂ ਮਰ ਜਾਣਾ ਚਾਹੀਦਾ ਸੀ, ਪਰ ਡਾਕਟਰਾਂ ਨੇ ਉਹਨਾਂ ਨੂੰ ਜਿਉਂਦੇ ਕਰ ਲਿਆ ਅਤੇ ਉਹ ਅੱਜ ਵੀ ਜਿਉਂਦੇ ਫਿਰਦੇ ਨੇ। ਇਸ ਕਰਕੇ ਦੋਸਤੋ, ਬੰਦਾ ਅਮਰ ਤਾਂ ਨਹੀਂ ਹੋਊਗਾ। ਅਮਰ ਕਿਉਂ ਨਹੀਂ ਹੋਊਗਾ? ਕਿਉਂਕਿ ਇੱਕ ਸਾਇੰਸ ਦਾ ਸਿਧਾਂਤ ਹੈ ਵੀ ਹਰੇਕ ਵਸਤੂ ਨੇ ਨਸ਼ਟ ਹੋਣਾ ਹੀ ਹੋਣਾ ਹੁੰਦਾ। ਇਸ ਕਰਕੇ ਸਾਡੇ ਸਰੀਰ ਨੇ ਵੀ ਨਸ਼ਟ ਹੋਣਾ ਹੁੰਦਾ ਅਤੇ ਹੋਣਾ ਕਿਸੇ ਦਿਨ, ਪਰ ਕਿਸੇ ਨਾ ਕਿਸੇ ਦਿਨ ਡਾਕਟਰ ਹੈ ਜਿਹੜੇ ਨੂੰ ਉਮਰ ਨੂੰ ਵਧਾਉਂਦੇ ਜਾਣਗੇ, ਅਤੇ ਜਿਹਦੇ ਨਾਲ ਬੰਦੇ ਦੀ ਉਮਰ ਹੈ ਜਿਹੜੀ ਐਵਰੇਜ ਲਾਈਫ ਹੈ ਜਿਹੜੀ ਵੱਧਦੀ ਜਾਊਗੀ, ਜਿਹਦੇ 'ਚ ਉਹ ਕਿਸੇ ਸਮੇਂ ਯਾਨੀ ਕਿ ਇੱਦੋਂ ਵੀ ਵੱਧ ਲਾਈਫ ਹੈ ਜਿਹੜੀ ਜਿਉਂਦਾ ਰਹਿ ਸਕਦਾ। ਦੋਸਤੋ, ਸਾਨੂੰ ਅੱਜ ਯਾਨੀ ਕਿ ਆਪਾਂ ਦੇਖ ਰਹੇ ਹਾਂ ਵੀ ਅੱਜ ਇੱਕ ਵਾਇਰਸ ਹੈ ਜਿਹੜਾ ਉਹਦੀ ਬੜੀ ਚਰਚਾ ਚੱਲ ਰਹੀ ਹੈ, ਪਰ ਖੁਸ਼ੀ ਦੀ ਗੱਲ ਇਹ ਹੈ ਵੀ ਉਸ ਵਾਇਰਸ ਦੇ ਉੱਪਰ ਕਾਬੂ ਪਾਉਣ ਲਈ ਹਜ਼ਾਰਾਂ ਲੈਬਾਂ ਨੇ ਬਲ ਦੇ 'ਚ ਰਿਸਰਚ ਕਰ ਰਹੀਆਂ ਨੇ, ਅਤੇ ਮੈਨੂੰ ਯਕੀਨ ਹੈ ਵੀ ਆਉਣ ਵਾਲੇ  5-4 ਮਹੀਨਿਆਂ ਦੇ 'ਚ ਉਸ ਵਾਇਰਸ ਦੇ ਉੱਪਰ ਵੀ ਕਾਬੂ ਪਾ ਲਿਆ ਜਾਊਗਾ। ਇਸ ਕਰਕੇ ਦੋਸਤੋ, ਸਾਨੂੰ ਧੰਨਵਾਦੀ ਵਿਗਿਆਨਕਾਂ ਦੇ ਹੋਣਾ ਚਾਹੀਦਾ ਜਿਹੜੇ ਇਹਨਾਂ ਗੱਲਾਂ ਨੂੰ ਸਦਾ ਲਈ ਧਰਤੀ ਦੇ ਉੱਪਰ ਖਤਮ ਕਰ ਰਹੇ ਨੇ। ਜਿਵੇਂ ਤੁਸੀਂ ਦੇਖਦੇ ਹੋ ਵੀ ਰੇਡੀਓ ਜਾਂ ਟੈਲੀਵਿਜ਼ਨ ਤੁਸੀਂ ਦੇਖਦੇ ਹੋ, ਉਹ ਬੋਲਦਾ ਬੋਲਦਾ ਬੰਦ ਹੋ ਜਾਂਦਾ ਅਤੇ ਅਸੀਂ ਮਕੈਨਿਕ ਕੋਲ ਲੈ ਜਾਂਦੇ ਹਾਂ ਅਤੇ ਉਹ ਦੁਬਾਰਾ ਉਹਨੂੰ ਬੋਲਣ ਲਾ ਦਿੰਦਾ, ਦੁਬਾਰਾ ਠੀਕ ਕਰ ਦਿੰਦਾ। ਠੀਕ ਇਸੇ ਤਰ੍ਹਾਂ ਹੀ ਡਾਕਟਰਾਂ ਦਾ ਰੋਲ ਹੁੰਦਾ, ਕਿਸੇ ਦਿਨ ਉਹ ਮਰੇ ਹੋਏ ਵਿਅਕਤੀਆਂ ਨੂੰ ਜਿਉਂਦੇ ਵੀ ਕਰਨ ਲੱਗ ਜਾਣਗੇ। ਅਤੇ ਈਵਨ ਮੈਂ ਤਾਂ ਇੱਥੋਂ ਤੱਕ ਪੜ੍ਹ ਰਹੇ ਹਾਂ ਕਿ ਦੁਨੀਆ ਵਿੱਚ ਅਜਿਹੇ ਥਾਵਾਂ ਦੇ ਉੱਪਰ ਵੀ ਰਿਸਰਚ ਹੋ ਰਹੀ ਹੈ ਜਿੱਥੇ ਬੰਦੇ ਦਾ ਸਿਰ ਹੈ ਜਿਹੜਾ ਉਹ ਬਦਲ ਕੇ ਕਿਸੇ ਹੋਰ ਬੰਦੇ ਦਾ ਸਿਰ ਹੈ ਜਿਹੜਾ ਲਾਉਣ ਦੇ ਯਤਨ ਹੈ ਜਿਹੜੇ ਲਗਭਗ ਸਫਲਤਾ ਦੇ ਨੇੜੇ ਪਹੁੰਚ ਚੁੱਕੇ ਨੇ। ਇਸ ਕਰਕੇ ਦੋਸਤੋ, ਯਕੀਨ ਰੱਖੋ ਵੀ ਡਾਕਟਰਾਂ ਨੇ ਕਿਸੇ ਦਿਨ ਬੰਦੇ ਨੂੰ ਅਮਰ ਤਾਂ ਨਹੀਂ ਕਰ ਸਕਣਾ, ਪਰ ਉਹਦੀ ਲੰਬੀ ਉਮਰ ਹੈ ਜਿਹੜੀ ਲੰਬੀ ਜ਼ਰੂਰ ਕਰ ਦੇਣਗੇ। ਧੰਨਵਾਦ ਦੋਸਤੋ, ਧੰਨਵਾਦ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਦੁਆਰਾ ਹੈ। ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ, ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਇੱਕ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।